نوجوان بے روزگار رہنا اج دن دا صدقہ مولا وسیع حلال روزگار عطا فرماوے، پردے چائیاں ماواں بھینی دیاں سیدادیاں پرشدادیاں دے پردے سلامتوں من صدقہ شبیر دی بھین دے پردے دا، تو سجتنے توڑا یو میں نہیں جاندا چھوڑن دا خالق بہتر جاندا ہے، سارے جتنے نیک دلی حاجات خواہشات ان اکبر دا بابا پوریاں فرماوے، لکھاں کروڑاں دی ہر ویلے دی ہر ساہ دی ایک ہی دعا ہے یوسف سیدہ دا جل ظہور ہوئے، اس قابل بنا میں بارویں دے متھے لگ سکوں، مولا دے ناصران شمار ہوئے، نکڑی بھین بھیلا دا پلو چبدے سادات دے ویڑے بس پوبن، ساریاں ساریاں اکھی دیکھن دعاواں دی قبولیت دی خاطر پڑھ سکدے ہو تو جکی جکی سلوات پڑھو بابا صاحب، تھوڑا آواز لے بابا کوئی ذاکر بن کے میں حاضر نہیں ہویا، حکم ہی بڑا اوکھا دیا ٹائم کٹ کے تہاڈے واسطے تہاڈے چہرن دی زیارت دا شرف حاصل ہو گئے، زندگی دراز ہوئے عامر نعیم انہاں دا حکم ہی دو جملے مسائل دے سناونے، کیونکہ یہ فضائل دے دہاڑے نہیں، انہاں دہاڑے چلی دیاں دھیاں لٹیاں، اج اٹھ ہو گئی ہے تقریباً انڈا دا ٹائم ہومن والے، چکرالے الے اٹھ گزر گئی ہے، بقایا ہکا رات دا مہمان اکبر دا بابا، کوشش کریں ہن چاچا مقدر نصیب والے بندے کو آدھی ہے، لیکن ہائے ہر کہیں بس چاہتی ہائے کر چھوڑیں، سلوات پڑھو میں سادات دا ذکر شروع کروں گا، کوشش کرو جی اچھی پڑھ سکتے ہو سلوات تو سارے اچھی پڑھو، اعوذ باللہ السمیع العلیم من الشیطان اللعین الرجیم، بسم اللہ الرحمن الرحیم، صلوات معمولی جائیں کو دے والا الحمدللہ رب العالمین، الصلاۃ والسلام علی اشرف الانبیاء والمرسلین، صلوات وعلی اخیہ وزیرہ وخلیلہ، تھوڑا آواز کھول بابا جولیاں وداویں زندگی دا پتہ نہیں، ہو سکتا ہے تیری یا میری آخری ہوئے، مت یا رات قبر چاونے چکرالے والے سوال و جواب جانیوں میں سجے پاس ایک بغیر سر دلا سٹی چے
ਇਹ ਕੁਝ ਪੁੱਛੇ ਜ਼ਾਕਿਰ ਮਸਾਹਿਬ ਪੜ੍ਹਦਾ ਰਿਹਾ, ਤੂੰ ਚੁੱਪ ਕਰਕੇ ਰਹਿੰਦਾ ਰਿਹਾ। ਮੁਗਲ ਸ਼ਾਹ ਤਹਿਰਤ ਮੁਤਹਿਰਾ ਆਲੇ ਮੱਜਰ ਮਿਲਾ ਸਦੀਕਤ ਉਬਰਾ। ਸੱਚੀ ਆਈ ਨਾ ਰਸੂਲ ਦੀ ਜੀ ਵਾਹ ਵਾਹ। ਅਲਮਦਫੂਨ ਤਸਰਾ ਜਨਦਫਨਈ ਰਹਤਾਈ ਵਲ ਮਖਜ਼ੂਬਤ ਜਹਨਲ ਮਹੀਵਿਆਂ ਦਰਾਨਾ ਜਦਾਂ ਦੀ ਲੁੱਟੀ ਆਏ ਚਿੱਟਾਂ ਦੀ ਆਈ। ਅਮੀਰ ਉਹ ਬੰਦਾ ਜਿਹੜਾ ਹਾਏ ਨਹੀਂ ਕਰ ਸਕਾ, ਚਿੱਟਾਂ ਦੀ ਆਈ ਨਾ ਜਦਾਂ ਬੀਬੀ ਲੁੱਟੀ ਆਈ। ਸੈਦ ਤਿਲ ਨਿਸਾਇਲ ਆਲਮੀਨ ਸੈਨ ਦੀ ਜਾਤ ਤੇ ਅੱਖ ਬੰਦ ਕਰਕੇ ਸਲਵਾਤ ਇੱਕ ਸੈਨ ਮੇਰੀ ਦੀ ਮਾਂ ਦੀ ਖਾਤਰ ਹੁਕਮ ਦਿੱਤਾ ਨੇ, ਉਹਦੀ ਸ਼ਹਾਦਤ ਦੇ ਡੂ ਜੁਮਲੇ ਸੁਣਾਵੇਂ, ਜਿਹਦੀ ਆਸ ਤੇ ਅਲੀ ਦੀਆਂ ਧੀਆਂ ਵਤਨ ਸੁਣਾ। ਕਈ ਲੱਖ ਬਦਮਾਸ਼ ਬੁਲਾਏ ਗਏ ਰੋਣ ਲੜੇ ਲਾਲਚ ਦਰ ਜਾਗੀਰਾਂ ਦੇ ਖਤ ਲਿਖ ਲਿਖੇ। ਆਵਾਜ਼ ਖੋਲ ਯਾਰ, ਦੇ ਲਾਲਚ ਦਰ ਜਾਗੀਰਾਂ ਦੇ ਖਤ ਲਿਖ ਲਿਖੇ। ਚਾਚਾ ਨਵੇਂ ਹਜ਼ਾਰ ਆਈ ਆਇਆ ਅਗਾਂਧੀ ਵਾਸਤੇ ਆਈ। ਦੇ ਲਾਲਚ ਦਰ ਜਾਗੀਰਾਂ ਦੇ ਖਤ ਲਿਖ ਲਿਖੇ। ਮੈਂ ਖੋਲ ਬਾਬਾ ਥੋੜ੍ਹਾ ਜਿਹਾ ਸ਼ਬੀਰ ਦੇ ਗੱਲ ਤਈ ਪਹੁੰਚਣ ਕੀਤੇ ਅੱਬਾਸ ਦੇ ਹੱਥਾਂ। ਹੱਥ ਨਾ ਬਣ ਚਾਚਾ, ਮੇਰੀ ਡਿਪਟੀ ਔਖਾ ਕਰੇ ਨਾ ਪਿਆ। ਸ਼ਬੀਰ ਦੇ ਗੱਲ ਤਈ ਪਹੁੰਚਣ ਕੀਤੇ ਤੇ ਅੱਬਾਸ ਦੇ ਹੱਥਾਂ। ਵਾਤਾ ਖਾਂ ਲੱਖ ਵਾਰੀ ਆਖਾ ਜਲ ਬਾਸ ਕੋ ਕਰ ਬਲ ਵਿੱਚ ਵਧੀਰ ਤੁਝ ਛਾਂ। ਮਨਾਏ ਗਏ ਤੂੰ ਸ਼ਬੀਰ ਦੇ ਗੱਲ ਸਹੀ ਕਰੇ ਨਾ ਤੇਰੀ ਮੁਹੱਬਤ ਦੀ ਖਾਤਰ। ਜਿਹੜੀ ਬਹਿਣੀਆਂ ਨੇ ਬਿਨਾਂ ਬੈਠੇ ਹੋ ਤੁਰੇ ਅੱਬਾਸ, ਮੈਂ ਆਪ ਛੋੜੇ ਤੇ ਸੁਣ ਛੋੜੇ ਤੁਰੇ ਅੱਬਾਸ। ਵੱਡੀ ਭੈਣ ਅੱਗੋਂ ਵੱਲ ਆਈ ਫਿਰਾ ਦਾ ਹੱਥ ਨਾਪ ਕੇ ਆਦੀ ਏ ਭੈਣੀ ਦਾ ਮਾਣ ਸਲਾਮਤ ਰਹੇ। ਮਸ਼ੀਰ ਚਲਾਈਵਾਨ ਬੀਬੀਆਂ ਦੀ ਕੱਲ ਮਿਲਣ ਜ਼ੇਵਾਰ ਕੈਦੀਆਂ ਵਾਲੇ ਜਿਵੇਂ ਪਾਵਣ ਏਨਾ
ਅੱਗੇ ਖਲਾ ਪਾਤਿਆਂ ਨੇ ਯਾਰ ਤਾਂ ਜੋ ਹੈ ਨਹੀਂ ਕੀਤੀ ਰੋਨਾ ਕਰ ਵਾਲੇ ਦੀ ਪਾਵਣੇ ਨਾ ਇਹਨਾਂ ਦਾ ਵਾਸ ਖੋਲ ਬਾਬਾ ਕਿਵੇਂ ਵਿੱਚ ਬਾਜ਼ਾਰ ਦੇ ਤੁਰਨਾ ਹੈ ਉਵੇਂ ਤੁਰ ਅੱਬਾ ਹਾਏ ਤੇਰੇ ਵਾਸੇ ਤੇ ਕਿਵੇਂ ਬੋਲਣੇ ਨਾਲ ਸ਼ਰਾਬੀਆਂ ਦੇ ਉਵੇਂ ਬੋਲ ਕੇ ਵੀ ਇਤਨੇ ਵੀ ਪੜ੍ਹਨੇ ਨੇ ਇਤਨਾ ਮੈਂ ਫੜੀ ਖੜਾ ਟਾਈਮ ਮੇਰੇ ਕੋਲ ਬੜਾ ਥੋੜ੍ਹਾ ਜਿਹਾ ਸਫ਼ਰ ਮੇਰਾ ਢੇਰ ਸਾਰੇ ਤੇਰੀ ਹਸਰਤ ਢੇਰ ਸਾਰੀਆਂ ਮਜਲਸਾਂ ਹਨ ਜ਼ਿੰਦਗੀ ਹੋਈ ਤਾਂ ਮੁਲਾਕਾਤਾਂ ਉਸ ਹਨ ਬਸ ਜਿਤਨਾ ਅਕਸੇ ਮੈਂ ਰੱਜ ਕੇ ਤੇ ਕੋ ਮਸਾਹਿਬ ਸੁਣੇ ਸਾਂ ਡਾ ਮੁਹਰਮ ਇਕਾਏ ਠਿਜਰੀ ਜੁਮੇ ਦਾ ਲਿਹਾੜਾ ਹੁਸੈਨ ਤੇ ਗੁਰਬਤ ਦੀ ਹੱਦ ਮੁੱਕੀ ਹੋਈ ਜਿਹੜਾ ਬੰਦਾ ਲਵ ਸੁਣ ਕੇ ਹਾਏ ਕਰ ਸਕਦਾ ਨਾ ਇੱਕ ਬਾਬਾ ਠੀਕ ਕਰ ਜਾ ਮੈਂ ਤਲੇ ਕਰ ਦੇ ਇਹਦਾ ਇੱਕ ਕੰਮ ਕਰ ਜਾ ਇੱਕ ਠੀਕ ਚਲਾ ਜਾ ਇਹਨੂੰ ਤਲੇ ਕਰ ਦੇ ਤਾਂ ਮੁਹਰਮ ਮਿਕਾਏ ਠਿਜਰੀ ਜੁਮੇ ਦਾ ਦਿਹਾੜਾ ਮੇਰੇ ਪਾਸ ਦੇਖਣੇ ਨੇ ਆਦੇ ਹੁਸੈਨ ਤੁਹਾਡੇ ਵਾਸਤੇ ਮੈਂ ਇਤਨਾ ਸਫ਼ਰ ਕਰਕੇ ਆਇਆ ਨਹੀਂ ਤਾਂ ਮੈਂ ਨਾ ਆਵਾਂ ਗਾਰ ਰੇ ਤੁਹਾਡੀ ਮੁਹੱਬਤ ਤੇ ਤੁਹਾਡੇ ਨਾਲ ਰਿਸ਼ਤੇ ਹੀ ਹੋ ਜਾਈ ਹੈ ਸਾਗੂ ਬੰਦਾ ਨਾ ਨਹੀਂ ਕਰ ਸਕਦਾ ਡਾ ਮੁਹਰਮ ਮਿਕਾਏ ਠਿਜਰੀ ਜੁਮੇ ਦਾ ਦਿਹਾੜਾ ਹੁਸੈਨ ਤੇ ਗੁਰਬਤ ਦੀ ਹੱਦ ਮੁੱਕੀ ਹੋਈ ਝਗੜਾ ਲਿਆ ਲੈ ਮੈਂ ਆਖੇ ਹੁਸੈਨ ਤੇ ਗੁਰਬਤ ਦੀ ਹੱਦ ਮੁੱਕੀ ਹੋਈ ਤੁਸੀਂ ਮੇਰੇ ਤੇ ਸਵਾਲ ਕਰੋ ਆ ਮੈਂ ਸੈਦ ਗੁਰਬਤ ਦੀ ਹੱਦ ਕਿਵੇਂ ਮੁੱਕੀ ਹੋਈ ਇਹ ਮੇਰਾ ਘਰ ਏ ਦੂਜੇ ਲਫ਼ਜ਼ਾਂ ਚਾਚਾ ਮੈਂ ਤੁਹਾਡਾ ਮਹਿਮਾਨ ਹਾਂ ਕਹੇ ਤ੍ਰੀਜੇ ਬੰਦੇ ਦੀ ਜ਼ਰੂਰਤ ਨਹੀਂ ਮੈਨੂੰ ਮੈਲੀ ਅੱਖ ਚ ਦੇਖੇ ਸੱਚ ਖੜਾ ਦਾ ਮਹਿਮਾਨਾਂ 'ਤੇ ਅਗਰ ਗੱਲਾਂ ਹੋ ਵਾਂਜਨ ਨਾ ਚਕੜਾ ਲਿਆਲੇ ਸ਼ਰੀਫ ਕਤਲਾਂ ਤੱਕ ਆ ਵੈਂਦੇ ਨੇ ਹੁਣ ਤੂੰ ਆਪ ਅੰਦਾਜ਼ਾ ਲਾਵੇਂ ਜੋ ਗੁਰਬਤ ਦੀ ਹੱਦ ਕਿਵੇਂ ਮੁੱਕੀ ਹੋਈ ਜਵਾਨੀ ਮਾਣੇ ਜ਼ਿਕਰ ਹੁਸੈਨ ਦੇ ਕਸਮੇ ਤ੍ਰੀਜੇ ਟਿੱਬੇ 'ਤੇ ਅਕਬਰ ਦਾ ਬਾਬਾ ਦੇ ਦਰੇ ਮਹਿਮਾਨ ਮਹਿਮਾਨ ਗੁਰਬਤ ਦੀ ਹੱਦ ਮੁੱਕੀ ਹੋਈ ਹੈ ਨਾ ਤ੍ਰੀਜੇ ਟਿੱਬੇ 'ਤੇ ਹੁਸੈਨ ਦੇਖਦਾ ਰਹੇ ਮਹਿਮਾਨ ਮਰੀਂਦੇ ਰਹਿਣ ਖੈਮੇ ਆਏ ਗਰੀਬ ਕਿਆ ਡਿੱਠਾ ਇਸ ਫਜ਼ਲ ਦੀ ਮਾਂ ਏ ਜਨਾਬੇ ਲਬਾਬਾ ਖਾਤੂਨ ਏ ਦੂ ਧੀਆਂ ਕੋ ਅੰਗਲ ਨਾਲ ਲਈ ਖੜੀ ਏ ਚਾਚਾ ਫਜ਼ਲ ਦੇ ਸਰ ਤੇ ਹੱਥ ਰੱਖੀ ਖੜੀ ਏ ਰੋਂਦੀ ਖੜੀ ਏ ਤੇ ਅਦੀ ਖੜੀ ਏ ਫਜ਼ਲ ਬੇਟਾ ਕਹਿ ਦੁਸ਼ਮਣ ਕੋ ਨਜਬ ਦਾ ਨਾਂ ਪੁੱਛਣਾ ਵੀ ਬਨ ਪੁੱਛਾ ਮੈਂ ਨਜਬ ਪੈਂਦੀ ਹਾਂ ਮੈਂ ਨਜਬ ਪੈਂਦੀ ਹਾਂ ਸਰਕਾਰੇ ਵਫਾ ਇਹ ਗੱਲਾਂ ਸੁਣੀਆਂ ਫਜ਼ਲ ਦੀ ਮਾਂ ਜੀ ਸਰਦਾਰ ਗਾਦੀਆਂ ਦੇ ਕਿਨ ਤਿਆਰ ਹੈ ਬੀਬੀਆਂ ਦੀ ਨਜਫ ਗਾਦੀਆਂ ਦੇ ਕਿਉਂ ਮਹਿੰਦੀ ਸਰ ਚਾਵੇਂ ਦੇਖ ਮੇਰੇ ਪਾਸੇ ਗਰਮੀ ਢੇਰੇ ਤੇਰਾ ਅਹਿਸਾਸ ਹੈ ਇੱਕ ਜੁਮਲਾ ਸੁਣ ਅੱਬਾਸ ਦੀ ਵਫਾ ਦਾ ਕਿਉਂ ਮਹਿੰਦੀ ਆਦੀ ਵੈਸਾਂ ਸੁਣਦੀਆਂ ਤੇਰੇ ਬਾਬੇ ਦੀ ਮਜ਼ਾਰ ਹੈ ਨਜਫ ਉਹਦੇ ਪਵਾਂ ਦੀ ਮੰਝ ਬਲਸਾਂ ਉਹਦੀ ਜ਼ਿਆਰਤ ਕਰੇ ਸਾਂ ਕੋ ਗਿੱਲੇ ਦੇ ਸਾਂ ਗਾਜ਼ੀਆ ਦੇ ਕੀ ਹੋ ਜਾਏ ਗਿੱਲੇ ਦੇ ਕੇ ਅਦੀ ਮੈਂ ਉਹ ਕੋ ਆਖਸਾਂ ਅਕਬਰ ਮਾਰ ਗਏ ਕਾਸਿਮ ਦੇ ਨਾਂ ਤੇ ਗੋਲੇ ਭਰ ਗਏ ਗਾਜ਼ੀਆ ਜਾਂ ਖੜੇ ਸਾਡੀ ਮਰਜ਼ੀ ਯਾਰ ਗਾਜ਼ੀ ਅੱਜਾਂ ਬਿਸਮਿਲਲਾ ਗਾਜ਼ੀ ਅੱਜਾਂ ਖੜੇ ਸੈਯਦਾਂ ਦੇ ਤੂੰ ਮੇਰੇ ਦੁੱਖਾਂ ਦੀ ਭਾਈ ਵਾਂ ਲੈ ਜਾਣ ਦੇ ਚਾਲ ਹਿਜਰੀ ਦੀ ਲੱਗੀ ਹੈ ਮੇਰੇ ਤੇ ਪਾਬੰਦੀ ਗਾਜ਼ੀਆ ਦੇ ਅੱਜ ਹੀ ਕੈਦ ਸੁਭ ਕੋ ਗਿਨ ਕੇ ਹੁਣ ਟਾਈਮ ਤੱਕ ਅੱਬਾ ਸਾਡਾ ਯਾਰਾਂ ਦਾ ਫਗੀਆਂ ਸੱਜੇ ਵਹਿੰਦਾ ਉਹ ਖੱਬੇ ਦੇ
ਮੈਂ ਖੱਬੇ ਮਹਿੰਦਾ ਉਹ ਸੱਜਦੇ ਤੇ ਜਿਹੜਾ ਬੰਦਾ ਸੁਣਨ ਆਇਆ ਬੈਠੇ ਮਜਲਿਸ ਹੁੰਦੀ ਹਾਂ ਬਸ ਪੋ ਸਹੀ ਗਾਦੀਆਂ ਦੇ ਵੱਤ ਮੈਂ ਅੱਗੂ ਵਹਿੰਦਾ ਵਾ ਤੂੰ ਪਿੱਛਾ ਦੇਂਦਾ ਮੈਂ ਪਿੱਛਾ ਵਹਿੰਦਾ ਉਹ ਅੱਗਾਂ ਦੇਂਦਾ ਵੱਤ ਕਹਿ ਕਹਿ ਲੈ ਆਸਮਾਨ ਦੇ ਪਾਸੇ ਮੂੰਹ ਕਰਕੇ ਦੇ ਅੱਲਾ ਇਹ ਲੈ ਗਿਆ ਜਿਹੜੇ ਬੁਲ ਕੇ ਪਈ ਖੜੀਆਂ ਨੂੰ ਲਾਂਗੇ ਅੱਲਾ ਹਾਰ ਗਏ ਸਹਿਜ ਸਦਕੇ ਭਾਈ ਸਦਕੇ ਭਾਈ ਸਦਕੇ ਭਾਈ ਸਈਆ ਦਾਦਾ ਕਹਿ ਕਹਿ ਲੈ ਆਸੇ ਪਾਸੇ ਰਹਿੰਦਾ ਵੱਤ ਮੇਰੇ ਹੱਥ ਚੁੰਮ ਕੇ ਆਦੇ ਤੈ ਕੁਝੋ ਮੈਦਾਨ ਤੋਰਾ ਮੈਂ ਬੇਨੀ ਕਿਨ ਗਿਆ ਮੈਂ ਭਲਾ ਉਹਨੇ ਭਾਈ ਮੈਂ ਬਹਿਣਾ ਕਿਨ ਗਿਨ ਵੰਜਾ ਬੀਬੀ ਆਦੀ ਤੂੰ ਆਪਣੀ ਜਾ ਸੱਚੇ ਮੈਂ ਆਪਣੀ ਜਾ ਗਾਦੀ ਆਦੇ ਕਿਵੇਂ ਫਜ਼ਲ ਦੀ ਮਾਂ ਦੀ ਹਰ ਕਹਿਣ ਦੇ ਖੈਮੇ ਚ ਹੁਸੈਨ ਦੀ ਧੀ ਖਾਲੀ ਜਾਮ ਚਾਹ ਕੇ ਗਈ ਏ ਇੱਕ ਦਫ਼ਾ ਯਾਰ ਜਿਹੜੇ ਸਮਝ ਗਏ ਹੋ ਤੁਹਾਡੀ ਅਕੀਦਤ ਕੋਈ ਸਲਾਮ ਏ ਕਹੀ ਏ ਇੱਕ ਦਫ਼ਾ ਅਲਮਾ ਅਲਾ ਮਹਿਲੇ ਖੈਮੇ ਚ ਆਈਏ ਨੌ ਦਫ਼ਾ ਗਾਦੀਆਂ ਦੇ ਵੱਚ ਦੇਖ ਕੇ ਆਦੀਆਂ ਜਦੋਂ ਨਾਵੀਂ ਦਫ਼ਾ ਆਈਏ ਮੈਂ ਕੁਰਾਨ ਖੋਲੇ ਗਾਦੀ ਤੇਰੀ ਇੱਜ਼ਤ ਦੀ ਕਸਮ ਏ ਪਹਿਲਾ ਸਿਪਾਹ ਨਾ ਪੜ੍ਹੇ ਚੁੱਪ ਕਰਕੇ ਖੜੀ ਰਹੀਏ ਦੂਜਾ ਸਿਪਾਹ ਨਾ ਪੜ੍ਹੇ ਉਹ ਚੁੱਪ ਕਰਕੇ ਖੜੀ ਰਹੀਏ ਬੀਬੀਆਂ ਦੀਆਂ ਜਦੋਂ ਮੈਂ ਪੰਜਵਾਂ ਸਿਪਾਹ ਨਾ ਖੋਲ ਰਹਿਣਾ ਚੰਦ ਕਦਮ ਪਿੱਛਾ ਹਟ ਗਈ ਆਸਮਾਨ ਦੇ ਪਾਸੇ ਮੂੰਹ ਕਰਕੇ ਆਉਂਦੀ ਅੱਲਾ ਅਸਾਂ ਏਡੇ ਗਰੀਬ ਥੀ ਗਏ ਕੱਲ੍ਹ ਤਾਈਂ ਜਿਹੜੇ ਨੌਕਰ ਸੜ ਵਹਿੰਦੇ ਆ ਯਾਰ ਮੇਰੇ ਨਾਲ ਚਾਚੀ ਨਹੀਂ ਬੋਲਦੀ ਕੱਲ੍ਹ ਤਾਈਂ ਜਿਹੜੇ ਨੌਕਰ ਸੜਵੈਂਦੇ ਹਨ ਚਾਚੀ ਨਹੀਂ ਬੋਲੇਂਦੀ ਚੱਕੜਿਆਂ ਲੈ ਲਈ ਇਹ ਗੱਲਾਂ ਪਈਆਂ ਆਉਂਦੀਆਂ ਅਚਾਨਕ ਆਮ ਜਿਵੇਂ ਦਰ ਤੇ ਅੱਕਾ ਲਈਏ ਚਾਚੀ ਹਾਏ ਲਈ ਮਰ ਵੰਨੀ ਚਾਚੀ ਚਾਚਾ ਨਹੀਂ ਆਇਆ ਤੂੰ ਚੁੱਪ ਕਰ ਗਈ ਮੈਂ ਤੜਪੈ ਦੀਵੇਂ ਪੱਖੀ ਕੋ ਗੰਦ ਲੱਗਦਾ ਹੈ ਸਈਆ ਦਾਦਾ ਮੈਂ ਆਇਆ ਖਾਣਾ ਬੀਬੀਆਂ ਦੀ ਪਾਣੀ ਉਵੇਂ ਲੱਗੇ ਨਾ ਸੈ ਜਦਾ ਮੇਰਾ ਬਿਰਾ ਮਰਵੇ ਸੀ ਤੇਰੀ ਮਰਜ਼ੀ ਯਾਰ ਮੈਂ ਤਾਂ ਮੁਹੱਬਤ ਨਾਲ ਖੜਾ ਪੜਦਾ ਪਾਣੀ ਉਵੇਂ ਲੱਗੇ ਨਾ ਸੇ ਜਦਾ ਮੇਰਾ ਬੇਰਾ ਮਰ ਵੇ ਸੀ ਸਈਆ ਦਾਦਾ ਯਾਰਾਂ ਦਾ ਫਕੀਆਂ ਤੇਰਾ ਬਾਬਾ ਮੈਂ ਕੋਈ ਇਜਾਜ਼ਤ ਨਹੀਂ ਦਿੰਦਾ ਲਵ ਸੋਹਣੇ ਨੇ ਆਦੇ ਹੁਸੈਨ ਬੀਬੀਆਂ ਦੀ ਜੇ ਮੈਂ ਗਿਣ ਦੇਵਾਂ ਤਵਲ ਮੈਂ ਗਿਣ ਦੇਵਾਂ ਤਵਲ ਤੂੰ ਚੁੱਪ ਕਰ ਗਏ ਹੁਸੈਨ ਦੀ ਧੀ ਦੇ ਕਦਮਾਂ ਤੇ ਹੱਥ ਲਾ ਕੇ ਅਦੇ ਵੱਤ ਵਾਂਦਾ ਪਿਆ ਕਰੇ ਨਾ ਪਾਣੀ ਆਇਆ ਤੋ ਮੈਂ ਆ ਸਾਵਰ ਮੈਂ ਕੋਈ ਨਾ ਹਸਾ ਆ ਜੁਲ ਮੈਂ ਇਜਾਜ਼ਤ ਗਿਣਾ ਦੇਵਾਂ ਸਈਆ ਦਾਦਾ ਇਵੇਂ ਨਹੀਂ ਮਾਸਕੀ ਬਣਾ ਕਦੀਮੀਆਂ ਦਾ ਦਾਰ ਬੈਠੇ ਹੋ ਅੱਜ ਵੀ ਅਲਮ ਬਰਾਮਦ ਹੋਵੇ ਨਾ ਬਾਬਾ ਉੱਤੇ ਚਾਚੇ ਲਿਖਿਆ ਹੋਇਆ ਹੁੰਦਾ ਸੱਕਾ ਏ ਮਸੋਮਾ ਹੁਸੈਨ ਦੀ ਧੀ ਦਾ ਮਾਸਕੀ ਜ਼ਰੂਰੀ ਨਹੀਂ ਮੈਂ ਇਹਦੇ ਤਲਵਾਰਾਂ ਤਮਾਚੇ ਪੜ੍ਹਾਂ ਤਾਂ ਤੂੰ ਰੋਵੇਂ ਅਦਬ ਸੁਣ ਕੇ ਰੋ ਪਿਆ ਕਰ ਹੁਸੈਨ ਦੀ ਧੀ ਦਾ ਮਸ਼ਕੀ ਗਰੀਬ ਆਦੇ ਆਪਣੇ ਹੱਥਾਂ ਨਾਲ ਮੈਂ ਕੋ ਅਲਮ ਦੇ ਵਫਾ ਸੁਣ ਅੱਬਾਸ ਦੀ ਅਲਮ ਚਾਇਆ ਸਰਕਾਰ ਵਫਾ ਦੇ ਹੱਥਾਂ 'ਤੇ ਰੱਖ ਬੀਬੀਆਂ ਦੀ ਚਾਚੀ ਹੁਣ ਮਸ਼ਕ ਖੇਨਾ ਮੇਰੇ ਚਾਚੇ ਕੋ ਪਵਾ ਤੂੰ ਚੁੱਪ ਕਰ ਗਏ ਗਾਂਧੀ ਆਦੇ ਮੇਰੀ ਵਫਾ ਅਤੇ ਹਰ ਫਾਂਦਾ ਆਪਣੇ ਹੱਥਾਂ ਨਾਲ ਪਵਾ ਮਸ਼ਕ ਕੀ ਹੁੰਦੀ ਹੈ ਇਹ ਮਸ਼ਕ ਬਜ਼ੁਰਗ ਜਾਣਦੇ ਹੋ ਜਿਹੜੇ ਬੱਚੇ ਬੈਠੇ ਉਹਨਾਂ ਨੂੰ ਦੱਸਣਾ ਚਾਹੁੰਦਾ ਇਹ ਚਾਚਾ ਮਸ਼ਕ ਇੱਕ ਡੋਰੀ ਇੱਥਾਂ ਇੱਕ ਇੱਥਾਂ ਮਾਸਕੀ ਪੈਂਦਾ ਮੁੰਡੇ 'ਚ ਸੱਚ ਖੜਾ ਦਾ ਮਾਸਕੀ ਪੈਂਦਾ ਹੈ ਉਲਮਾ ਸੁਣਨ ਵਾਲੇ ਲੋਕ ਬੈਠੇ ਹੋ ਕਦੀਮੀਆਂ ਦਾ ਦਾਰ ਬੈਠੇ ਹੋ ਮੇਰੀ ਗੱਲ ਤੇ ਯਕੀਨ ਨਾ ਵੀ ਆਪਣੇ ਪਸੰਦੀਦਾ ਆਲਮ ਕੋਲ ਬਣ ਕੇ ਪੁੱਛੇ ਸੈਯਦਾ ਇੱਕ ਗੱਲ ਆ ਗਿਆ ਕਿਆ ਉਹ ਸੱਚੀ ਹੈ ਸੈਯਦਾ 14 ਦਾ ਦਵਾਰ ਆ ਝੋਲੀ ਚਈ ਖੜਾ ਦੁਆ ਪਿਆ ਕਰੇਂਦਾ ਜਿਹੜੇ ਗਏ ਵੇ ਮੌਲਾ ਤੋਂ ਬਲਾ ਗਿਨ ਮੰਨੇ ਜਿਹੜੇ ਨਹੀਂ ਵੇ ਗਏ ਮੌਲਾ ਈ ਸਾਲ ਤੋਂ ਕੋ ਆਪਣੀ ਜ਼ਿਆਰਤ ਨਸੀਬ ਫਰਮਾਵੇ ਚਕੜਾ ਲੈ ਲੈ ਮੈਂ ਆਪਣੀਆਂ ਇਹਨਾਂ ਅੱਖਾਂ ਨਾਲ ਸਰਕਾਰ ਵਫਾ ਦੀ ਅਸਲ ਮਜ਼ਾਰ ਦੇਖ ਆਇਆ ਜਿਹੜੀ ਮਜ਼ਾਰ ਦਾ ਪਾਣੀ ਤਵਾਫ ਕਰੇਂਦੇ ਉਹ ਮੈਂ ਆਪਣੀ ਅੱਖਾਂ ਨਾਲ ਦੇਖ ਆਇਆ ਕਰਬਲਾ ਦੇ ਮੈਦਾਨ 'ਚ ਸਭ ਤੋਂ ਵੱਡਾ ਕਦੇ ਸਰਕਾਰ ਵਫਾ ਦਾ ਤਾਰੀਖਾਂ ਖੋਲ ਕੇ ਦੇਖ ਡੂਰ ਕਾਂਬੇ ਘੋੜੇ ਤੇ ਗਾਂਧੀ ਚੜ੍ਹਦਾ
جلے رقابن چو پیر کردہ وات بھی پیر زمین تے لگ دے آئیں سار چار ایک میلے پاسے بندہ کیڑے جڑا دے مجلس چایا میں کو ہانج لائیں آن دیں جائیں دی اتنی ملی کان دیں ہوں دی اتنی خبر ہے میں اشارہ ہی کر سکتا ہم سخت میں کدا نہیں پڑا ان دی قبر دا حجم ایک کتاب جتنا چوتھے امام کو ایک بندے پوچھا اے مولا اے جو اتنا بڑا قادہ سرکار وفا دا تے اتنی چھوٹی قبر کیوں ہے رات ود پئی میں نے امام دی تے فرمایا جتنا لبھا ہائے جتنا لبا میرے باب دفن کر چھوڑا تائیں آج تک سنے جو حسن دا یتیم تقسیم تھی ہے صرف حسن دا یتیم تقسیم نہیں تھی گینا قرآن میں سر تے رکھ لینا جنا غازی لتھ ہے نا ان ظالم فوج اعلان کیتا ہے جائیں جائیں علی تو بدلہ گرنا ہوئے عباس لے گے بدلہ گے نو چاہتی مشک پوا غازی آدھے میرے وفات حرف آدھے اپنے ہتھ نال بی بی آدھے چاچی میں کو چاہ لب سنے میں کو چاہ میں مشک پوا ماں غازی آدھے میں کھڑا آدھا میری وفات حرف آدھے بی بی آدھے اچھا میں حسین دی تھی یا زمین کو حکم لین دیا یہ بلند تھی سی میں تے کو مشک پا ویسا غازی آدھے کوئی شک نہیں اول الامر دی تھی یہ حکم دے میں اے بلند تھی سی غازی آدھے مگر میری وفا تے حرف آدھے بی بی آدھے وقتوں دا ساکی میں پا وما عباس آدھے میں جھگڑا میں جھکدا تو مشک پوا چکڑے والے والے ذکر حسین دی قسم اتنا جھکے عباس دوئے ہاتھ مسومند قدمت تے لگن درجات بلند میں علامہ حسین بجاڑا مرحوم دے انہاں دی کتاب دے جملے انہاں لکھے سامنے والے خیمے چ دو بھیڑی دے دیا کھڑی ہے بکی دے پاسے منہ کر کے دی اما سائیں دے کیڑے کیڑے ادھار لا ہوں اے جو سارے بالاں دے نو کرے بالا منے بھائی اے جو سارے بالاں دا وی نو کرے لمبا تھی گیا ختم راضی راسو ٹورن دی ترتیب کیڑی اگو حسین دی دھی پچھو سرکار وفا ہن میں بندہ دیکھ سا جڑا آیا مجلس چے تے ہندی ہنج نہ آئی پتھر دے گرد میں سید زامن نہیں جاندا گوشت دل او میرے دیکھے اگو حسین دی دھی دیویں پچھو سرکار وفا چاچا پچھو چوراسی یتیم ہتھے خالی جام اللہ تش کی صدا بلند اللہ تش اللہ تش اللہ تش ان سمجھ نہ آئی ہوئی بالا دین دن پانی 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 ڈھیر سارے مولا دے استعمال ذکر تو سو سنن میرا لفظ سمنے میرا سید دا وعدہ ہے تو جت جت ویسے روندا ویسے چاچا ذاکر پڑھ دین علماء پڑھ وین دین تیرے ڈر کول نہیں ادب کھولو جو کرسی تے بیٹھا حسین میں سیدہ میں لکا نہ سکدا میں تیرے تے سوال کریندا جاندا اکبر ریاں ٹر گیا او کرسیاں تے باندا مٹی تے بیٹھا ہے غریب حسین پڑھن والے پڑھ دین دھی کوان دا ڈٹھے تے اٹھا ہے میں ادرا نہ وقت دی بتول کوان دا ڈٹھے تے اٹھ گئے غریب ادا کیویں آئیں اجازت گنن کہندی چاچے دی سید ادا کین تو رہندی پانی گھن آوے سید ادا کوثر منگا لے ماں ہائے یار جڑے معرفت والے بیٹھے او کوثر منگا لے ماں آدھی نہیں یہ بھی ایک مسئلے آتے کوثر منگا لے ماں نہیں غریب ادھر چشمہ جاری کرا میں تو دیکھ میں حسین بسم اللہ بسم اللہ چشمہ جاری کرا میں
ਹੁਸੈਨਾ ਬੀਬੀ ਅਦੀ ਨਹੀਂ ਚਾਚੇ ਨੂੰ ਇਜਾਜ਼ਤ ਸੈਯਦ ਅਦੇ ਕਿਉਂ ਟੁਰੇ ਨਹੀਂ ਪਾਣੀ ਕਹਿੰਦਾ ਵੇ ਕਹਿੰਦੇ ਵਾਸਤੇ ਬੀਬੀ ਅਦੀ ਮੇਰਾ ਭਰਾ ਤਸੇ ਸੈਯਦ ਅਦੇ ਭਰਾ ਹਰ ਕਹੀਂ ਕੋ ਪਿਆਰੇ ਹੁੰਦੇ ਬੀਬੀ ਅਦੀ ਹਾਂ ਬਾਬਾ ਸੈਯਦ ਅਦੇ ਭਰਾ ਕਿਤਨੇ ਦੀ ਹਾਲਾਂ ਦੇ ਹੋਵੇ ਤੇ ਪਿਆਰੇ ਹੁੰਦੇ ਬੀਬੀ ਅਦੀ ਭਾਵੇਂ ਇੱਕ ਦੀ ਹਾਲ ਦਾ ਹੋਵੇ ਪਿਆਰਾ ਹੁੰਦਾ ਉੱਠੇ ਹੁਸੈਨ ਦੀ ਕੁਛ ਆ ਕੇ ਅਦੇ ਸੋਚ ਕੇ ਤੋਰ ਤੇਰਾ ਪੀਂਘੇ ਦੇ ਮੇਰਾ ਜਰਮੇ ਦੇ ਤੇਰਾ ਚਾਚਾ ਲਹਿ ਗਿਆ ਜਿਹੜੇ ਦੁਰ ਪਈ ਖੜੀ ਜ਼ਾਲਿਮ ਲਾਗ ਹੁਸੈਨ ਹੈ ਕਰ ਛੋੜ ਹੈ ਕਰ ਛੋੜ ਜ਼ਿੰਦਗੀ ਦਾ ਪਤਾ ਨਹੀਂ ਤੇਰਾ ਚਾਚਾ ਲੈ ਗਿਆ ਜਿਹੜੇ ਦੁਰ ਪਾਈ ਖੜੀ ਜ਼ਾਲਿਮ ਲਹਾਗਿਨ ਸਿੰਘ ਦੁਆ ਫਰਮਾਉਣੀ ਦੀ ਜ਼ਾਲਿਮ ਲਹਾਗਿਨ ਸਿੰਘ ਬੀਬੀਆਂ ਦੀ ਨਹੀਂ ਇਜਾਜ਼ਤ ਦੇ ਲਵ ਸੁਣੇ ਨੇ ਆਦੇ ਹੁਸੈਨ ਧੀ ਕੁਚਾਇ ਸਰ ਚੁੰਮੈਸ ਵਤ ਅੱਬਾਸ ਰਿਛੈਸ ਵਤ ਧੀ ਦੁਲਿਛੈਸ ਸ਼ਰੀਫਾਂ ਕੋ ਧੀਆਂ ਬੜੀਆਂ ਪਿਆਰੀਆਂ ਆਉਂਦੀਆਂ ਜਿਹੜਾ ਧੀ ਵਾਲਾ ਬੈਠਾ ਉਹ ਰੋ ਪੋਸੀ ਵਤ ਫਿਰਾ ਦੁਲਿਛੈਸ ਜਵਾਨੀ ਮਾਣੇ ਵਤ ਧੀ ਦੁਲਿਛੈਸ ਗਾਜ਼ੀ ਤੋਂ ਦੇਖ ਕੇ ਦੇ ਅੱਗੇ ਖਾਲੀ ਬੱਲੀ ਹੋਈ ਮਾਂ ਦੀ ਧੀ ਹਾਏ ਅੱਗੇ ਖਾਲੀ ਵੱਲੀ ਮਾਂ ਦੀ ਧੀਏ ਮੇਰੋ ਧੀ ਚੋਰ ਹੈ ਮੈਂ ਕੋ ਖਾਲੀ ਨਾ ਵਲੈਂਦਾ ਸ਼ਬੀਰ ਆਦੇ ਤੇਰੀ ਇਜਾਜ਼ਤ ਮੇਰੇ ਕੋਲ ਨਹੀਂ ਕਹਿੰਦੇ ਕੋਲ ਸੈਯਦ ਆਦੇ ਜਿਹੜੀ ਤੇਰੇ ਆਸਰੇ ਤੇ ਵਤਨ ਛੋੜੀ ਵਧੀ ਹਰ ਲਫ਼ਜ਼ ਹਰ ਬੰਦੇ ਵਾਸਤੇ ਨਹੀਂ ਆਉਂਦਾ ਜਿਹੜੀ ਤੇਰੇ ਆਸਰੇ ਤੇ ਵਤਨ ਠੀਕ ਕਰ ਬਾਬਾ ਨੇ ਆਦੇ ਹੁਸੈਨ ਡਿਸਟਰਬ ਪਿਆ ਕਰੇ ਨੇ ਜਿਹੜੀ ਤੇਰੇ ਆਸਰੇ ਤੇ ਵਤਨ ਛੋੜੀ ਵਧੀਏ ਬਿਰਾ ਦਿਲ ਦਾੜੀ ਚੁੰਮਿਸ ਚਾਚਾ ਹੱਥ ਚੁੰਮਿਸ ਦੇ ਕਹਿੰਦੇ ਅੱਬਾਸ ਅਗਰ ਮੇਰੀ ਭੈਣ ਤੇ ਕੋ ਇਜਾਜ਼ਤ ਦੇ ਦੇਵੇ ਵਤ ਮੈਂ ਕੋ ਮਿਲਣ ਨਾ ਆਵੇ ਅੱਗੇ ਮੈਂ ਕੋ ਅਕਬਰ ਦੀ ਮੌਤ ਖਾ ਗਈ ਹੈ ਉਥੋਂ ਤੁਰ ਵੰਨੇ ਖੈਮੇ ਆਏ ਬੀਬੀ ਜੀ ਅੱਬਾਸ ਇਜਾਜ਼ਤ ਹੁਸੈਨ ਕੋ ਮਿਲ ਲੈ ਹਾਂ ਹੁਸੈਨ ਬੀਬੀ ਅਦੀ ਵਤ ਬਣ ਗਿਆ ਸੀ ਇਰਾਦਾ ਬੀਬੀ ਅਦੀ ਘੋੜਾ ਖੈਮੇ ਮੰਗਾ ਅਲੀ ਦੀ ਧੀ ਅਦੀ ਤੂੰ ਘੋੜੇ ਤੇ ਸਵਾਰ ਥੀ ਮੈਂ ਲਿਖਦੀ ਹਾਂ ਮੇਰਾ ਬਾਬਾ ਜ਼ੀਨ ਸੋਹਣਾ ਕਿਹੜਾ ਲੱਗਦਾ ਘੋੜੇ ਤੇ ਚੜ੍ਹੇ ਅੱਬਾਸ ਹੁਣੇ ਅਲਾਮਾ ਸਾਹਿਬ ਪੈ ਪੜਦੇ ਹਨ ਸੁਣਦੇ ਪਏ ਆਵੇ ਬੜਾ ਸੋਹਣਾ ਪੈ ਪੜਦੇ ਹਨ ਮੌਲੋ ਜ਼ਿੰਦਗੀ ਦਰਾਜ ਫਰਮਾਮ ਨੇ ਅਲੀ ਅਕਬਰ ਟੁਰੇ ਚਾਚਾ ਬੀਬੀਆਂ ਸਿਰਫ ਮਾਤਮ ਕੀਤੇ ਹਸਨ ਦਾ ਯਤੀਮ ਟੁਰੇ ਬੀਬੀਆਂ ਸਿਰਫ ਮਾਤਮ ਕੀਤੇ ਜਨਾਬ ਔਨ ਮੁਹੰਮਦ ਟੁਰੇ ਬੀਬੀਆਂ ਮਾਤਮ ਕੀਤੇ ਹੁਸੈਨ ਅਸਗਰ ਕੋ ਚਾਹ ਕੇ ਗਈ ਹੈ ਬੀਬੀਆਂ ਮਾਤਮ ਕੀਤੇ ਸਰ ਚਾਹ ਮੇਰੇ ਪਾਸ ਦੇਖ ਜ਼ਿੰਦਗੀ ਦਾ ਪਤਾ ਨਹੀਂ ਚੱਕੜਾ ਲਿਆਲੇ ਜਦਾ ਅੱਬਾਸ ਟੁਰੇ ਨਾ ਚੂਹੇ ਚ ਮਸਤੂਰ ਪੱਥਰਾਂ ਦਾ ਮਾਤਮ ਕੀਤੇ ਕੋਈ ਆਦੀਆਂ ਬਰਬਾਦ ਮਦੀਨਾ ਕੋਈ ਆਦੀਆਂ ਸੋਝ ਮਦੀਨਾ ਕੋਈ ਆਦੀਆਂ ਜਿਹੜੀਆਂ ਚਾਦਰਾਂ ਪਈ ਖੜੀਆਂ ਹੈ ਹੁਣ ਨਹੀਂ ਬਚਦੀ ਕੋਈ ਆਦੀ ਕੋਈ ਸ਼ਾਮ ਸੁਣੀਂਦੀ ਹੈ ਜਾਂਦੇ ਔਖੇ ਮਾਹੌਲ ਮੈਂ ਸਦਕੇ ਸਹੀ ਵਾਂ ਮਿਲ ਗਈ ਇਜਾਜ਼ਤ ਹਾਏ ਮੈਂ ਸਦਕੇ ਸਹੀ ਵਾਂ ਮਿਲ ਗਈ ਇਜਾਜ਼ਤ ਉਸ ਦੌਰ ਦਾ ਜੋ ਜੋ ਹਰ ਬਜ਼ੁਰਗ ਦਾ ਹਥਿਆਰ ਹੈ ਮਕਤਲ ਦੀਆਂ ਤਾਰੀਖਾਂ ਦਾ ਮੁਤਾਲਾ ਕਰ ਅੱਬਾਸ ਦੇ ਬੁਤਨ ਕੀਤ ਪਹਿਲਾ ਅਸ਼ਰਾ ਮੈਂ ਆਪਣੀ ਜ਼ਾਕਰੀ ਦਾ ਪੜ੍ਹਾਈ ਕਰ ਬਲਾ ਮੇਰੀ ਜਿਹੜੀ ਜ਼ਾਕਰੀ ਦੀ ਸ਼ੱਕਰ ਹੈ ਉਹ ਸਰਕਾਰ ਵਫਾ ਦੇ ਰੋਜ਼ੇ ਤੇ ਕਹਿੰਦਾ ਜੁਮਲਾ ਮੈਂ ਉੱਥਾਂ ਹੀ ਸਾਈਆਂ ਅਤਾ ਕੀਤਾ ਤੁਹਾਡੀਆਂ ਝੋਲੀਆਂ ਤੱਕ ਪਹੁੰਚਾਉਂਦਾ ਮੈਂ ਜਿੱਥਾ ਕੇ ਮੇਰੇ ਹਿੱਸੇ ਦੀਆਂ ਮਜਲਸਾਂ ਖਤਮ ਹੋ ਗਈਆਂ ਮੈਂ ਕੋਈ ਮੁਕਾਵਣ ਨਹੀਂ ਆਇਆ ਮੁੱਕਿਆ ਤਾਂ ਸੱਜਾ ਤੇ ਮੁੱਕ ਵੰਨਿਆ ਤੇਰੇ ਰੋਵਣ ਵਾਸਤੇ ਇੱਕ ਜੁਮਲਾ ਆਦਾ ਵਾਗਾਂ ਚਾਹੀਏਸ ਜਿਹੜੇ ਜਵਾਨ ਬੈਠੇ ਹੋ ਮੈਨੂੰ ਲਿਖਾਏ ਵਾਗਾਂ ਚਾਹੀਏਸ ਬਾਬਾ ਖੈਮਾ ਤੂੰ ਬਾਹਰ ਨਿਕਲੇ ਤਲਵਾਰ ਬੇਨਿਆਮ ਕੀਤੀ ਇਸ ਆਪਣੇ ਚਿਹਰੇ ਦੇ ਨੇੜੇ ਗਿਣਾ ਤਲਵਾਰ ਵਿੱਚ ਆਪਣੇ ਆਪ ਦਾ ਚਿਹਰਾ ਦਿੱਛਸ ਚਿਹਰੇ ਤੇ ਬਾਬੇ ਅਲੀ ਦਾ ਜਲਾਲੇ ਮੁਤਮੈਨ ਥੀ ਕਿ ਸੁਣੇ
ਚਾਚਾ ਅੱਖਾਂ ਸੁਰਖ ਹਨ। ਗਾਂਧੀ ਆਪਣੇ ਆਪ ਕੋ ਆਂਦਾ ਯਾਰ ਰੱਬ ਜੰਮੇ ਚ ਮਾਂ ਉਹ ਪੁੱਤਰ ਨਹੀਂ ਜਾਇਆ ਜਿਹੜਾ ਤਾਂ ਗਾਂਧੀ ਦਾ ਮੁਕਾਬਲਾ ਕਰੇ। ਅੱਬਾਸ ਜੈ ਅਕਬਰ ਕੋਨੇ ਦਾ ਮਾਰਾ ਉਹ ਕੋਨੇ ਦਾ ਮਾਰ, ਜੈ ਕਾਸਿਮ ਦੀ ਲਾਸ਼ ਤੇ ਘੋੜੇ ਵਜਾਏ, ਉਹਨਾਂ ਦੀਆਂ ਲਾਸ਼ਾਂ ਤੇ ਘੋੜੇ ਵਜਾ। ਜੈ ਹੁਸੈਨ ਕੋ ਗਰੀਬ ਸਲਵਾਏ ਉਹ ਕੋ ਦੱਸ, ਹੁਸੈਨ ਗਰੀਬ ਨਹੀਂ ਨੌਕਰ ਪਾਬੰਦ। ਲਾਜਪਾਲਾਂ ਕਰ ਛੋੜੀ ਲਾਜਪਾਲੀ, ਅੱਜ ਜੰਗ ਕਰ। ਪੜ੍ਹਨ ਵਾਲੇ ਪੜ੍ਹਦੇ ਜੋ ਹੁਸੈਨ ਗਰੀਬ ਏ, ਅੱਬਾਸ ਹੁਸੈਨ ਤੋਂ ਹੀ ਵੱਡਾ ਗਰੀਬ ਏ ਵੀ। ਛੇਵਾਂ ਪਿਆ ਫਰਮਾਇੰਦੇ ਅੱਬਾਸ ਉਹ ਮਜ਼ਲੂਮ ਏ ਜਿਹਦੀ 32 ਸਾਲਾਂ 'ਚ ਕੋਈ ਹਸਰਤ ਪੂਰੀ ਨਹੀਂ ਥਈ। ਮੈਂ ਸਦਕੇ ਥੀ ਵਾਂ। ਇਹ ਗੱਲ ਹੀ ਮੰਨਦਾ ਸੋਚਿੰਦਾ ਪਿੱਛੋਂ ਅਕਲ ਆਈਏ ਅੱਬਾਸ ਜੀ ਮੌਲਾ ਗਰੀਬ ਦੇ ਵਾਲਾ ਮੈਂ ਕੁੜਾੜੀ ਚੁਮਾ ਵਾਗਾਂ ਵਲਾਈਆਂ। ਗਾਜ਼ੀ ਜੀ ਅਕਬਰ ਦਾ ਬਾਬ ਸਹੀ ਦਾ ਕਿਵੇਂ ਦਾ ਸੋਚਿੰਦਾ ਮੈਂ, ਇਮਾਮ ਆਈ ਨਾ ਹਰ ਸ਼ਹਿ ਜਾਣਦਾ ਆਈ, ਕਿਵੇਂ ਦਾ ਸੋਚਿੰਦਾ ਮੈਂ। ਜੈ ਅਕਬਰ ਕੁਨੇ ਦਾ ਮਾਰੇ ਹੋ ਕੁਨੇ ਦਾ ਮਰੇ ਸਾ, ਤੂੰ ਚੁੱਪ ਕਰ ਗਏ ਫਿਰਾ ਦੀ ਡਾੜੀ ਚੁੰਮ ਕੇ ਅਦੇ ਇਨਸਾਫ ਨਾਲ ਲਸਾ, ਅੱਲਾ ਅਕਬਰ ਦੀ ਅਭੀ ਬਣਾਇਆ ਹੈ। ਮੈਂ ਸਦਕੇ ਥੀਵਾਂ, ਮੈਂ ਕੁਰਬਾਨ ਥੀਵਾਂ। ਪੜ ਤਾਰੀਖਾਂ ਸੈਦ ਆਦ, ਸਾਰੇ ਹਥਿਆਰ ਮੇਰੇ ਕਦਮਾਂ 'ਚ ਰੱਖ। ਆਵਾਜ਼ ਦੇ ਬਈ ਥੋੜ੍ਹਾ, ਸਾਰੇ ਹਥਿਆਰ ਮੇਰੇ ਕਦਮਾਂ 'ਚ ਰੱਖ, ਸਾਰੇ ਹਥਿਆਰ ਬਾਦਸ਼ਾਹ ਦੇ ਕਦਮਾਂ 'ਚ ਰੱਖੇ। ਤਾਰੀਖਾਂ ਖੋਲ ਕੇ ਪੜ, ਇੱਕ ਨੇਜ਼ਾ ਚਾਹ ਕੇ ਦਿੱਤਸ ਹੇ ਗਰੀਬ, ਇੱਕ ਨੇਜ਼ਾ ਚਾਹ ਕੇ ਦਿੱਤਸ ਨਾਜ਼ੀ ਅਲੀ ਦਮ ਕੀਤਸ ਬਿਰਾ ਦੇ ਹੱਥ ਰੱਖਸ। ਤੂੰ ਚੁੱਪ ਕਰ ਗਏ ਗਾਜ਼ੀ ਤਲਵਾਰ ਤੋਂ ਡਿੱਠੇ, ਹੁਸੈਨ ਦੇ ਕਿਉਂ ਖੜੇ ਅਫਸੋਸ ਦੇ ਹੱਥ ਮਲੇਂਦੇ। ਤੂੰ ਚੁੱਪ ਕਰ ਗਏ ਬਕੀਏ ਦੇ ਪਾਸੇ ਮੂੰਹ ਕਰਕੇ ਆਦੇ, ਮੇਰੇ ਜੰਮਣ ਦਾ ਤੇਰੀਆਂ ਧੀਆਂ ਕੋਈ ਫਾਇਦਾ ਕੋਈ ਨਹੀਂ ਆਇਆ। ਮੈਂ ਸਦਕੇ, ਮੈਂ ਸਦਕੇ, ਮੇਰੇ ਜੰਮਣ ਦਾ ਤਰੀਆਂ ਧੀਆਂ ਨੂੰ ਫਾਇਦਾ ਕੋਈ ਨਹੀਂ ਆਇਆ। ਹੁਸੈਨ ਸਮਝਾਏ ਮੇਰਾ ਫਿਰਾ ਮਰ ਵੈਸੀ, ਚਕਣਾ ਲਿਆ ਲੇ ਬਾਦਸ਼ਾਹ ਹੁਸੈਨ ਤਲਵਾਰ ਚਈ, ਬਾਬੇ ਅਲੀ ਜ਼ੁਲਫਕਾਰ ਚਈ, ਸਰਕਾਰ ਵਫਾ ਦੇ ਹੱਥ ਰੱਖੀ। ਸੈਦ ਅਤੇ ਆਪਣੀ ਤਲਵਾਰ ਹੀ ਵੀ, ਬਾਬੇ ਅਲੀ ਜ਼ੁਲਫਕਾਰ ਹੀ ਵੀ, ਤੀਰ ਜਿਤਨੇ ਤਰਕਸ਼ ਚਾਂਦਨੀ ਪਾ, ਵਨ ਜਿਤਨੀ ਦਿਲ ਲਖੀ ਜੰਗ ਕਰ। ਗਾਜ਼ੀ ਲੇਕਿਨ ਇੱਕ ਗੱਲ ਯਾਦ ਰੱਖੇ, ਕਰਬਲਾ ਦੇ ਮੈਦਾਨ ਨੇ ਜਿਤਨੀ ਤੈਂ ਜੰਗ ਕਰਨੀ ਹੈ, ਸ਼ਾਮ ਦੇ ਬਾਜ਼ਾਰ 'ਚ ਬਦਲੇ ਮੇਰੀਆਂ ਬੇਣੀ ਦੇ ਮਿਲੇ। ਸ਼ਾਮ ਦੇ ਬਾਜ਼ਾਰ 'ਚ ਬਦਲੇ ਮੇਰੀਆਂ ਬੇਣੀ ਦੇ ਮਿਲੇ। ਮੈਂ ਸਦਕੇ ਥੀ ਵਾਂ। ਹਾ ਹਾ, ਤੂੰ ਚੁੱਪ ਕਰ ਗਏ ਗਾਂਧੀ ਰੁਣੇ ਦੇਖ ਕੇ ਅਤੇ ਹੱਥ ਕਟੀ 'ਚ ਨਾ ਪਵੇਂ ਜਾਂਦੇ, ਬਦਲੇ ਅਲੀ ਦੀਆਂ ਧੀਆਂ ਦੇ ਵੇਨ। ਬਸ ਟੁਰ ਰਹੇ ਖਤਮ, ਰਾਜ਼ੀ ਰਾਮੀ ਟੁਰ ਰਹੇ ਮੈਦਾਨ ਹੈ, ਚਾਰ ਹਮਲੇ ਸਰਕਾਰੇ ਵਫਾ ਦੇ, ਦਰਿਆ ਦਾ ਕਿਨਾਰਾ ਖਾਲੀ ਕੀਤੇ। ਹੁਸੈਨ ਨਹੀਂ ਆਖਾ ਜੋ ਲੜੇ, ਮੌਲਾ ਫਰਮਾਇਆ ਦਿਫਾ ਕਰਨੇ, ਲੜਨਾ ਨਹੀਂ। ਰਾਜ਼ੀ ਜਿਹੜੇ ਲੜਨ ਆਉਂਦੇ ਨੇ ਭੇਣੀ ਨਾਲ ਨਹੀਂ ਆਉਂਦੇ। ਮੈਂ ਲੜਨ ਨਾ ਆਇਆ, ਮੈਂ ਲੁੱਟਣ ਨਾ ਆਇਆ, ਮੈਂ ਲੁੱਟੀ ਚੜਾਇਆ, ਮੈਂ ਮਾਰਨ ਨਾ ਆਇਆ, ਮੈਂ ਮਰੀ ਚੜਾਇਆ, ਧੀਆਂ ਦੇ ਪਰਦੇ ਕੁਰਬਾਨ ਕਰਦੇ ਵਾਂ। ਅੱਜ ਵੀ ਉਹ ਅਲਮ ਉੱਥਾਂ ਹੀ ਮੌਜੂਦ ਹੈ ਜਿਹੜੇ ਜ਼ਮਾਨ ਬੈਠੇ ਹੋ ਮੇਰੀ ਤਾਈਦ ਕਰਾਏ, ਜਿੱਥੇ ਸਰਕਾਰ ਵਫਾ ਨੇ ਨਸਬ ਕੀਤਾ, ਅੱਜ ਵੀ ਖੜੇ। ਵਫਾ ਸੁਣ ਅੱਬਾਸ ਦੀ, ਘੋੜੇ ਦੀ ਜ਼ੀਨ ਛੋੜੀਏਸ, ਮਸ਼ਕ ਜਾਈਏਸ, ਚਾਚਾ ਦਰਿਆ 'ਚ ਲੱਥੇ ਮਸ਼ਕ ਭਰੀਏਸ। ਤੂੰ ਚੁੱਪ ਕਰ ਗਏ ਚੱਲੇ ਮਸ਼ਕ ਭਰੀਏਸ ਨਾ, ਗਾਜ਼ੀ ਦੇ ਹੱਥ ਤਰ ਹੋ ਗਏ ਹਨ, ਆਪਣੇ ਆਪ ਕੋ ਅਦੇ ਤੇਰੇ ਹੱਥ ਹੀ ਗਏ ਤਰ, ਹੁਸੈਨ ਦੇ ਹਨ ਖੁਸ਼ਕ। ਤੂੰ ਚੁੱਪ ਕਰ ਗਏ ਦੁਆ ਦੇ ਹੱਥ ਸਹਿਜ ਦੇ ਕੇ ਅਦੇ 14 ਦਾ ਖਾਲਿਕ, ਜਦਾ ਹੁਸੈਨ ਦੇ ਮੱਥੇ ਲੱਗਾ ਮੇਰੇ ਹੱਥ ਨਾਲ ਨਾ ਹੋਵੇ। ਜਿਹੜਾ ਅਦਬ ਸੁਣ ਕੇ ਰੋ ਸਕਦਾ ਹੈ ਯਾਰ, ਜਦਾ ਹੁਸੈਨ ਦੇ ਮੱਥੇ ਲੱਗਾ ਮੇਰੇ ਹੱਥ ਨਾਲ ਨਾ ਹੋ ਮੈਨੂੰ।
گھوڑے تے سوار ہوئے مشک سڈے مونڈے چ پاتی سی گھوڑے دی گردن تے تھپکی دے کے تے گھوڑا مشک میں کو زندگی تو پیاری ہے سیدہ دے میں دی 32 سالاں دی حسرت دا نائے اے مشک میں دا دل چاہندا اے مشک دا پانی حسین دی تھی پیوے تو چپ کر گئے علامہ حسین بجانا لکھ دین گھوڑے اگلے پیر پانی چ مارن پانی اڈے بادشاہ دے بدن تے لباس گلا ہو گیا سنہ تھی گیا سج گیا غازیاں تے گھوڑا میرے ہاتھ سنے تھین میں خوش کیتے میں دعا منگی سیدہ تے گھوڑا میرا لباس گلا کیوں کر چھوڑی لب سمجھے اسا میں نہیں جھکتے حیوان کوئی دی کوئی وفا ہے میرا لباس گلا کیوں کیتے علامہ صاحب لکھ دین بے زبان اپنی زبان اچ بول کے دے تیرے سوار تھی ون دا اثر اتلے ہر شے میں جان دا میں کو پتہ ہے اے مشک خیریت نال خیمے نہیں منجنی گھوڑا دے ہر خیم دی لاش حسین گن گئی ہے خیمے یقیناً تیری بھی گن ویسی اتھا تیرے کپڑے نچوڑ کے مسوما کو اسگر جو گا پانی تا لپو سی بھلو امنے بھائی مسوما کو اسگر جو گا پانی لپو سی اتھا اے حالت تریجے ٹیبے تے جا چا کھڑے حسین گرے بان چاک آستین الٹی ہوئیاں میرے بابے دے جملے میں یاد آ گئے او تاری جھولیاں تک پہنچا لے وا انہاں دی زندگی گزری ہے تالے درمیان یقیناً تاری ہاں جا ویسی تا جاؤ پڑھ دے رہن دن حسین دا جڑا کھبا ہاتھ نا اے کمر تے اے جڑا سجا ہاتھ او سر تے تو چپ کر گئے جڑے پاسے علم دا فرا اکبر دا بابا انہیں دے دے چکڑا لے آلے جے تو سا نہ سمجھا تا بات کوئی نہ سمجھے سی بابے انہیں پڑھ دے رہاں دے علم لڑ دے اکبر دا بابا لڑ بین دے علم جھک دے حسین جھک بین دے اچانک بات سا کہ میں صدقے تھی وہاں آواز کھول یار ان تھوڑا میں صدقے تھی وہاں تو چپ کر گئے دھی میں یہ دھی میں جھک دو پانی آن دے بابا حسین نے جڑٹ وقت نو یہ بابا حسین نے جڑٹ ہے چاچا تاریخ ا دی اگے ایک واری یا کہنا بابا 11 دفعہ دا جی اکی بابا اج دھی سڑین دی پیو ول میں نہیں قدم تے ہاتھ رکھیا دی نہیں جو بولیں دا چاچا نبل سی سبیر دے ولے نہ ولے تے دا تپشو سی ولے نہ ولے تے دا بچ پو سی اٹھائیے دعا میرا بابا دے یتیم دی دعا اللہ جلدی سن دے بی بی ادی شالہ میرے چاچے تو خیر ہوئے میرا بابا روندا کرے سکت نہیں عامر دی میں کوشش میں کرے نا ایک وین کر کے نا دین رات دے سفر ان اے صرف تیری مجلس پڑھدا پیا بھی کہیں دی بھی نہیں پڑھی شرع محرم وچ ہا ہا سر دے پاسے نہ دیکھیں اے دیکھیں جو میں دکھ کہندے کھڑا پڑھدا پہلے آکھس میں صدقے تھی ماں کی آکھس میں بول کے جواب دے میں وین شروع کرا کی آکھس بابا میں تو چپ کر گئے عباس کو دین جن تو حسین صدقے کھڑا تھے دے میں صدقے تھی وہاں شبیر اکل مار کیا دے او قوت اللہ نے نوکر سدا بنا لا اج اور
ਅਦੀ ਬਾਬਾ ਮੈਨੂੰ ਚਾਚਾ ਨਿਕਾਲ ਸਈਆਂ ਦਾ ਦੇਦੀ ਤੇ ਕੁਛ ਨਾ ਦੱਸੈਂਦੀ ਰਾਵੇ ਮੇਰੇ ਬਿਰਾ ਕੋ ਕਿਵੇਂ ਵਧੇ ਮਰੇ ਦੇਣ ਓਏ ਚੱਕੜਿਆ ਲਿਆ ਲੈ ਜ਼ਿੰਦਗੀ ਦੀ ਕਲਸਮੇ ਅਲਮੇ ਅੱਬਾਸ ਦੀ ਕਲਸਮੇ ਹੁਸੈਨ ਦੀ ਪਹੁੰਚਾਇਆ ਦੀਨ ਚਾਹੇ ਕਈ ਲੱਖ ਮਾਰਨ ਲੈ ਇੱਕ ਵਾਰੀ ਮਰੀ ਜਾਣਾ ਲੈ ਕੋਈ ਪੱਥਰ ਮਰੇ ਦੇ ਕੋਈ ਤਲਵਾਰ ਮਰੇ ਦੇ ਕੋਈ ਨੇਜ਼ਾ ਮਰੇ ਦੇ ਦੀਨੇ ਦੀ ਕਣੀ ਆਈ ਕੁਲਾਲੇ ਵਾਰ ਕੀਤਾ ਸਜਾ ਬਾਜ਼ੂ ਕਲਮ ਹੋਇਆ ਰਾਵੀ ਚੁੱਪ ਕਰ ਗਏ ਹੁਸੈਨ ਦੀ ਵੀ ਚੁੱਪ ਕਰ ਗਈ ਹੈ ਪਹਿਲਾ ਲੈ ਵਾਰ ਕੀਤਾ ਬਾਬਾ ਨੂੰ ਕਲਮ ਹੋਏ ਬੀਬੀ ਆਦੀ ਉਹ ਜਾਣੇ ਮੇਰਾ ਮਰਦ ਤਾਂ ਮਰ ਵਲੇ ਤੂੰ ਆਪਣੇ ਕੋ ਸਰ ਜਾ ਉਹ ਜਾਣੇ ਮੇਰਾ ਮਰਦ ਤਾਂ ਮਰ ਵਲੇ ਤੂੰ ਆਪਣੇ ਕੋ ਸਰ ਜਾ ਸਯਦਾ ਦੇ ਉਵੇਂ ਲਿਆ ਖਈ ਹਾਏ ਜਦਾਂ ਬਾਬੇ ਦੀ ਕਮਰ ਜੋ ਗਈ ਗਰੀਬਾਂ ਦੇ ਉਵੇਂ ਲਿਆ ਖਈ ਜਦਾਂ ਫੁੱਫੀਆਂ ਦੇ ਵਾਲ ਖੁੱਲ ਗਏ ਹਰ ਪਾਸੋਂ ਤੀਰ ਤਲਵਾਰਾਂ ਨੇ ਗਾਦੀ ਦੀ ਕੋਸ਼ਿਸ਼ ਮਸ਼ਕ ਬੱਚੇ ਤੀਰ ਮੇ ਖੁੱਲ ਗਏ ਘੋੜਾ ਦੌੜਾਂ ਦਾ ਇੱਕ ਜ਼ਾਲਿਮ ਤੀਰ ਮਾਰਾ ਜਿਹੜਾ ਸਜੀ ਅੱਖ ਚ ਲਗਾ ਹੋਰ ਮਿਲਦੀ ਨਸਲ ਦਬਾਵੇ ਇਹੋ ਜਿਹੀਆਂ ਤੀਰ ਮਾਰੇ ਜਿਹੜਾ ਮਸ਼ਕ ਚ ਲਗਾ ਚੱਕਣਾ ਲਿਆ ਲੈ ਪਾਣੀ ਲੁਣ ਜੁਲੇ ਮੈਂ ਦਾਣਾ ਨਾ ਪਾਣੀ ਨਹੀਂ ਗਾਦੀ ਦੀ 32 ਸਾਲ ਦੀ ਮਿਹਨਤ ਲੁੜੀ ਹੈ ਹੱਕਾ ਘੋੜਾ ਪਰਵਾਜ਼ਾ ਬੰਦ ਕਰ ਲੈ ਮੇਰਾ ਹੁਸੈਨ ਦੀ ਨਾਲ ਵਾਦਾ ਹੈ ਪਾਣੀ ਨਾ ਆਇਆ ਮੈਂ ਨਾ ਸਯਦਾ ਦੇ ਹੁਣ ਨਫਾਜ ਰੁਕਵਾਂ ਜਿਹੜੇ ਵੈਣ ਦਾ ਤਿੰਨ ਇੰਤਜ਼ਾਰ ਹੈ ਉੱਠੀ ਆਓ ਬਾਈ ਜਿਹੜੇ ਵੈਣ ਵਾਸਤੇ ਤੂੰ ਬੈਠਾ ਹੈ ਵੈਣ ਕਰਾਂ ਮੁਕਾਵਾਂ ਇੱਕ ਹਨਾਮੀ ਲੋਹੇ ਦਾ ਗੁਰਜ਼ ਮਾਰ ਹਾਏ ਲੋਹੇ ਦਾ ਗੁਰਜ਼ ਲੋਹੇ ਦਾ ਗੁਰਜ਼ ਮਾਰ ਚਾਚਾ ਬਾਜ਼ੂ ਉਹ ਆਏ ਜਿਹੜੇ ਪਹਿਲੇ ਕਲਮ ਹੋ ਗਏ ਆਏ ਗਾਜ਼ੀ ਜ਼ੀਨ ਛੋੜਨਾ ਸ਼ੁਰੂ ਕੀਤੀ ਹੈ ਹੁਸੈਨ ਮਿੱਟੀ ਤੇ ਬਹਿਣਾ ਸ਼ੁਰੂ ਕੀਤਾ ਹੈ ਫਿਜ਼ਾ ਖਿਆਮ ਦੇ ਦਰ ਤੇ ਝਣੀ ਹੈ ਅਲੀ ਦੀਦੀ ਆਦੀ ਕਹਿ ਹੋਇਆ ਬੀਬੀ ਆਦੀ ਬਹਿਰਾ ਫਿਜ਼ਾ ਮਰ ਗਈ ਆਈ ਬਦਲ ਕਿੱਥੇ ਹੀ ਮੈਣ ਕਰੇ ਨਿਰਾ ਨੇ ਆਏ ਲੱਥਾ ਜਾਲ ਕੇ ਗੁਰ ਪਰੇਸ਼ਾਨੀ ਵਿੱਚ ਤੇ ਜੋਖਾ ਜੁਨੀਆ ਅਲਮ ਨਿਸ਼ਾਨੇ ਅੱਬਾਸ ਦੀ ਸੈਣ ਓਲੇ ਕੀਤਾ ਖੇਮਾ ਵਿੱਚ ਆਵਾਜ਼ ਦੇ ਬਾਬਾ ਹੁਣ ਥੋੜ੍ਹਾ ਚਾਦਰ ਲਹਾਈਸ ਬਾਬਾ ਕਮਰ ਨਾਲ ਵਧੀ ਸੇਕ ਕੇ ਖੇਮੇ ਚ ਗਈਏ ਹੱਥ ਵਧੀ ਵਧੀਏ ਅੱਬਾਸ ਦੀ ਸੈਣ ਓਏ ਲੈ ਕੀਤਾ ਖੇਮਾ ਵਿੱਚ ਘੋੜੇ ਤੋਂ ਮੇਰੀ ਕੈਦ ਦਾ ਹੋਣਾ ਚਲੋ ਇੱਕ ਵੈਣ ਤੇਰੀ ਮੁਹੱਬਤ ਦੇ ਖਾਤਰ ਇੱਕ ਵੈਣ ਵੀ ਆ ਲਿਆ ਇਹ ਗੱਲ ਤਾਂ ਕੀਤੀ ਪਰਦਾਦਾਰਾਂ ਨਾਲ ਇੱਕ ਫਿਰਾ ਨਾਲ ਕੀਤੀ ਰੁਣੀਏ ਮੇਰੀ ਸੈਣ ਲੈ ਕੇ ਆਦੀ ਹੁਸੈਨ ਮੈਂ ਮੋਸਨਾ ਮਾਦੀ ਮੋਸਨਾ ਦੀਆਂ ਤੇ ਮੇਰੀ ਪੂਰੀ ਕਰ ਮਨਸ਼ਾ ਚਾ ਸਾਤ ਬਹੁ ਏਸਾਨ ਲਗਾ ਦੀ ਦੇ ਕੁਝ ਏਸਾ
اب مقدرہ والی بھیڑی مر ونجن تو بھرا کفن لے دین مقدرہ والی بھیڑی کو تو احسان ان غالی دین دے کچھ احسان آواز کھول میں اپنی چادر لے دی ہاں تو عباس کو کفا کفا چلو ایک مین تری محبت دکھاتے میں اپنی چادر لے دی ہاں تو عباس کو کفا ایک مین بھی کرا بابا عباس علماء لکھ دین 130 دفعہ جھڑنا ہے ہائے ہائے عباس کر کے جھڑنا ہے یا علی کر کے اٹھین دائے برادر لین بیٹھائے دیوے نمازی بہنین کھبا بازو ودائے سے چاچا برادر لین ستا ہے دیوے میت سمدین سیدہ دے اکیمال میں دو دیکھ ہون میں غریب ارادہ کی تیز میں بھیرا دی لاش جاوا غالی دی لاش کم گئی ہے میں کر کیا دے اکبر دا بابا میں دی لاش لچا میں اکبر لئی تے عباس نے دو الوایا میں دے دریاں دیوے ٹیک تلیاں تو سا اوکھا اکبر سوکھا جیس یار تسا اوکھا اکبر میں سنے گل بچ اکبر ہلو بائی بائی تھوڑا پتر ساتھ نبھایا میری ہے مجبوری میرے ہاتھ کوئی نہیں تو تھکائے زہرا چم ویر دی مس شہر ہے تیری موت لے کمر چم ویر دی مس شہر کمر نیو چھوڑی تے کو لہندا دیکھ کے گو تو مس تورا کھاکر وا چھوڑی تے کو لہندا دیکھ کے گو سید جھاجا تے پاک سر تو حسین راہ چھوڑی بندہ جھڑدا سید جھاجا تے پاک سر تو حسین راہ چھوڑی اکھڑی روے بی بی پکڑ کے در اکھ جان ویر ہن میرا فکر نہ کر کھڑے کر کیوں جھن جھن پونا خاکے ہوتے میں وطن دی تانگ لا چھوڑے کیوں جھن جھن پونا خاکے ہوتے میں وطن دی تانگ لا چھوڑے ناتوں میں حسین